ਵੱਡੀ ਖਬਰ ਫਰੀਦਕੋਟ ਤੋਂ ਫਰੀਦਕੋਟ ਵਿੱਚ ਵਾਪਰੇ ਬਹਿਬਲ ਕਲਾ ਗੋਲੀਕਾਂਡ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਤਤਕਾਲੀਨ ਐਸਐਸਪੀ ਦੇ ਰੀਡਰ ਪ੍ਰਦੀਪ ਸਿੰਘ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਹੁਣ ਸਰਕਾਰੀ ਗਵਾਹ ਬਣਨਾ ਚਾਹੁੰਦੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ ਜਿਹੜੇ ਨੇ ਉਹ ਐਸਆਈਟੀ ਦੇ ਜਾਂਚ ਦੇ ਵਿੱਚ ਸ਼ਾਮਲ ਨੇ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਐਸਆਈਟੀ ਵੱਲੋਂ ਤੇ ਹੁਣ ਉਹਨਾਂ ਤੋਂ ਪੁੱਛਗਿੱਛ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀਗੇ ਤੇ ਉਹਨਾਂ ਦੇ ਰੀਡਰ ਸੀਗੇ ਇੰਸਪੈਕਟਰ ਪ੍ਰਦੀਪ ਇਨਸਪੈਕਟਰ ਪ੍ਰਦੀਪ ਨੇ ਹੁਣ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਸਰਕਾਰੀ ਗਵਾਹ ਬਣਨਾ ਚਾਹੁੰਦੇ ਨੇ ਕਿਉਂਕਿ ਜਿਹੜੇ ਇਨਸਪੈਕਟਰ ਪ੍ਰਦੀਪ ਸੀਗੇ ਉਹ ਮੌਕੇ ਤੇ ਮੌਜੂਦ ਸੀਗੇ ਜਦੋਂ ਇਹ ਗੋਲੀਕਾਂਡ ਵਾਪਰਿਆ ਸੀਗਾ ਤੇ ਇਹ ਪੂਰੀ ਘਟਨਾ ਉਹਨਾਂ ਨੇ ਅੱਖੀਂ ਵੇਖੀ ਆਪਣੇ ਤੇ ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ ਦੇ ਉਸ ਟਾਈਮ ਤੇ ਉਹ ਰੀਡਰ ਸੀਗੇ ਯਾਨੀ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਡਵੈਲਪਮੈਂਟ ਆਵੇਗਾ ਨਵਾਂ ਮੋੜ ਆ ਗਿਆ ਜਿਸ ਦੇ ਨਾਲ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਇਸ ਮਾਮਲੇ ਦੇ ਵਿੱਚ ਹੁਣ ਇਨਸਾਫ ਮਿਲ ਪਾਉਂਦਾ ਹੈ ਜਾਂ ਨਹੀਂ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਐਸਆਈਟੀ ਵੱਲੋਂ ਜ਼ਿਲ੍ਹਾ ਸੈਸ਼ਨ ਅਦਾਲਤ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਤਲਬ ਕਰ ਲਿਆ ਹੈ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਰੀਡਰ ਪਰਦੀਪ ਸਿੰਘ ਨੂੰ ਤੇ ਹੁਣ 24 ਸਤੰਬਰ ਨੂੰ ਉਹ ਅਦਾਲਤ ਵਿੱਚ ਪੇਸ਼ ਹੋਣਗੇ ਤੇ ਉਹ ਆਪਣੀ ਗਵਾਹੀ ਦੇਣਗੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨਵੀਂ ਡਵੈਲਪਮੈਂਟ ਜਿਹੜੀ ਉਹ ਸਾਹਮਣੇ ਆ ਸਕਦੀ ਹੁਣ ਸਭ ਨੂੰ ਇੰਤਜ਼ਾਰ ਹੋਵੇਗਾ ਕਿ 24 ਸਤੰਬਰ ਨੂੰ ਪ੍ਰਦੀਪ ਸਿੰਘ ਕਿਹੜੀ ਗਵਾਹੀ ਦਿੰਦੇ ਨੇ ਜਿਸ ਤੋਂ ਬਾਅਦ ਜਾਂ ਕਿਸ ਤਰ੍ਹਾਂ ਦੀ ਗਵਾਹੀ ਦਿੰਦੇ ਨੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਜਿਹੜਾ ਉਹ ਆਉਂਦਾ ਹੈ ਤੁਹਾਨੂੰ ਦੱਸ ਦਿੰਦੇ ਆ ਪ੍ਰਦੀਪ ਨੇ ਇੱਛਾ ਜ਼ਾਹਿਰ ਕੀਤੀ ਸੀਗੀ ਕਿ ਉਹ ਸਰਕਾਰੀ ਗਵਾਹ ਬਨਣਾ ਚਾਹੁੰਦੇ ਨੇ ਜਿਸ ਤੋਂ ਬਾਅਦ ਐਸਆਈਟੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਹੁੰਚਦੀ ਆ ਉੱਥੇ ਇੱਕ ਪਟੀਸ਼ਨ ਦਾਇਰ ਕਰਦੀ ਏ ਤੇ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੰਦੀ ਹੈ ਕਿ ਪ੍ਰਦੀਪ ਕੁਮਾਰ ਪ੍ਰਦੀਪ ਸਿੰਘ ਜਿਹੜੇ ਨੇ ਉਹ ਸਰਕਾਰੀ ਗਵਾਹ ਬਨਣਾ ਚਾਹੁੰਦੇ ਨੇ ਜਿਸ ਤੋਂ ਬਾਅਦ ਅਦਾਲਤ ਜਿਹੜੀ ਹੈ ਉਹ ਤਲਬ ਕਰਦੀ ਏ ਪ੍ਰਦੀਪ ਸਿੰਘ ਨੂੰ ਤੇ ਹੁਣ ਇੰਤਜ਼ਾਰ ਸਭ ਨੂੰ ਰਹੇਗਾ 24 ਸਤੰਬਰ ਦਾ